ਕੀ ਹਾਲਾਤ ਨੇ ਔਰ ਕੀ ਕਹਿਣਾ ਚਾਹੋਗੇ ਜੀ? ਦੇਖੋ ਸਮੁੱਚੇ ਪੰਜਾਬ ਦੇ ਵਿੱਚ ਪਿਛਲੇ ਦਿਨ ਪਹਿਲੇ ਮੈਂ ਸਨੌਰ ਮੰਡੀ ਚ ਗਿਆ ਜੀ, ਫਿਰ ਘਨੌਰ ਮੰਡੀ ਚ ਗਿਆ, ਫਿਰ ਪਟਿਆਲਾ ਮੰਡੀ ਚ ਗਿਆ। ਅੱਜ ਸਵੇਰੇ 5:30 ਵਜੇ ਕਾਦੀਆਂ ਦੀ ਮੰਡੀ, 5:30 ਵਜੇ ਭੈਣੀ ਮੀ
कि गैर तजर्बेकार मुख्यमंत्री सानू लै बैठा सा। मैं तुहानू पहले भी कहिंदा सी कि जिस किस्म के लोग तुसी चुन ले, पंजाब ने हिस्टोरिक ब्लंडर कर, जिन्नी वड्डी कीमत पंजाब नू आंदे टाइम च अदा करनी पैणी। वेखो ना ते किसे दी जिंदगी सुरक्षित, ना किसे दा कारोबार सुरक्षित। पंजाब एक अग्रेरियन सूबा है, खेती आधारित सूबा है। इको साडे को कैश क्रॉप सी जिन्नू झोना सी कहिंदे सी, ਇਹ ਸਾਨੂੰ ਲੱਕੋਂ ਲੈ ਬੈਠੇ ਨੇ। ਇਸ ਜਿਸ ਕਿਸਮ ਦੀ ਇਸ ਟਾਈਮ ਪਾਲਿਸੀ ਚੱਲ ਰਹੀ ਹੈ ਮੋਦੀ ਦੀ ਪਲੱਸ ਭਗਵੰਤ ਦੀ ਤੇ ਆਪ ਸਰਕਾਰ ਦੀ, ਇਹਦੇ ਨਾਲ ਨਿਰਾ ਕੱਲਾ ਕਿਸਾਨ ਹੀ ਨਹੀਂ, ਖੇਤ ਮਜ਼ਦੂਰ ਹੀ ਨਹੀਂ, ਆੜ੍ਹਤੀ ਹੀ ਨਹੀਂ, ਸ਼ੈਲਰਾਂ ਵਾਲੇ ਵੀ ਖਤਮ ਹੋ ਜਾਣ। ਮੈਂ ਥੋੜਾ ਜਿਹਾ ਯਾਦ ਕਰਵਾਉਣਾ ਚਾਹੁੰਦਾ, ਇਹ ਮੈਂ ਲਗਾਤਾਰ ਮੇਰੀ ਇੱਕ ਪ੍ਰੈਸ ਕਾਨਫਰੰਸ ਤਕਰੀਬਨ 8 ਤਰੀਕ ਨੂੰ ਮੇਰੇ ਬਹੁਤ ਸਾਰੇ ਸਾਥੀਆਂ ਨੇ ਤੇ ਅਸੀਂ ਇਕੱਠੇ ਅੰਮ੍ਰਿਤਸਰ ਕੀਤੀ ਸੀ, ਉਹਦੇ ਵਿੱਚ ਆ ਸਾਰੀਆਂ ਵਾਰਨਿੰਗਸ ਮੈਂ 8 ਤਰੀਕ ਨੂੰ ਦੇਤੀਆਂ ਸੀ। ਫਿਰ ਆਲ ਇੰਡੀਆ ਕਾਂਗਰਸ ਦੇ ਦਫ਼ਤਰ ਦਿੱਲੀ ਚ 14 ਤਰੀਕ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ, ਜਿੱਦਣ ਫੂਡ ਮਿਨਿਸਟਰ ਨੂੰ ਭਗਵੰਤ ਮਿਲ ਗਿਆ। ਮੈਂ ਉਦਣ ਵੀ ਦੱਸਿਆ ਸੀ ਕਿ ਪੰਜਾਬ ਦੇ ਹਾਲਾਤ ਕੀ ਬਣਨੇ, ਤੇ ਅੱਜ ਮੈਂ ਫਿਰ ਤੇ ਭਗਵੰਤ ਮਾਨ ਦੀ ਬੋਲੀ ਤੋਂ ਸਾਫ਼ ਨਜ਼ਰ ਆ ਗਿਆ ਕਿ ਪੰਜਾਬ ਦੀ ਕਿਸਾਨੀ ਨੂੰ ਇਹਨਾਂ ਤੋਂ ਹੁਣ ਕੋਈ ਆਸ ਰੱਖਣ ਦੀ ਲੋੜ ਨਹੀਂ। ਇਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਐਬਲੀਕੇਟ ਕਰ ਦਿੱਤੀ ਹੈ, ਇਹਨਾਂ ਨੇ ਸਿੱਧੇ ਤੌਰ ਹੁਣ ਸੈਂਟਰ ਨੂੰ ਰਿਸਪੋਨਸੀਬਲ ਬਣਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਗੋਦਾਮਾਂ ਦੀ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ, ਸਾਨੂੰ ਪਹਿਲੇ ਦੱਸਣਾ ਚਾਹੀਦਾ ਗੋਦਾਮ ਖਾਲੀ ਨਹੀਂ ਕਰਨੇ। ਮੈਂ ਪੁੱਛਣਾ ਚਾਹੁੰਦਾ ਇਹਨਾਂ ਦੇ ਮੰਤਰੀਆਂ ਨੂੰ ਤੇ ਭਗਵੰਤ ਨੂੰ, ਇਹ ਤਾਂ ਪਿਛਲੇ 60 ਸਾਲ ਦੀ ਰਸਮ ਚੱਲ ਰਹੀ ਹੈ। ਹਰ ਸਾਲ ਸ਼ੈਲਿੰਗ ਹੁੰਦੀ ਹੈ, ਸ਼ੈਲਿੰਗ 31 ਮਾਰਚ ਨੂੰ ਮੁੱਕਦੀ ਹੈ, ਇੱਕ ਤਕਰੀਬਨ 31 ਨਵੰਬਰ ਤੋਂ ਸ਼ੁਰੂ ਹੋ ਕੇ 31 ਮਾਰਚ ਤੱਕ 4 ਮਹੀਨਿਆਂ ਚ ਮੁੱਕਦੀ, ਤੇ ਫਿਰ ਲਗਾਤਾਰ ਮਾਰਚ ਤੋਂ ਲੈ ਕੇ ਅਪ੍ਰੈਲ ਦਾ ਮਹੀਨੇ ਤੋਂ ਲੈ ਕੇ ਅਕਤੂਬਰ 1 ਤੱਕ ਸਪੈਸ਼ਲ ਟ੍ਰੇਨਾਂ ਰੇਲਵੇ ਦੀਆਂ ਲੱਗਦੀਆਂ। ਤੇ ਸਾਰੇ ਗੋਦਾਮ ਹਰ ਸਾਲ ਲੈ ਕੇ ਕੇਜਰੀਵਾਲ ਨੂੰ, ਕਦੀ ਗੁਜਰਾਤ, ਕਦੀ ਹੈਦਰਾਬਾਦ, ਕਦੀ ਹਿਮਾਚਲ, ਕਦੀ ਜੰਮੂ ਕਸ਼ਮੀਰ, ਕਦੀ ਹਰਿਆਣੇ ਦੇ ਵਿੱਚ, ਸਾਰੇ ਹਿੰਦੁਸਤਾਨ ਚ ਘੁਮਾਉਂਦਾ ਰਿਹਾ। ਇਹਨੂੰ 6 ਮਹੀਨਿਆਂ ਚ ਨਹੀਂ ਇਹ ਯਾਦ ਆਈ ਕਿ ਮੈਂ ਮੁੱਖ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲਾਂ, ਜਿਹੜੇ ਗੋਦਾਮ ਖਾਲੀ ਨਹੀਂ ਹੋ ਰਹੇ ਉਹਨਾਂ ਦਾ ਜ਼ਿਕਰ ਕਰਾਂ। ਜਿਹੜੀ ਇਹਨੇ ਫਸਲ ਦੂਸਰੀ PR 126 ਵਜਵਾਲੀ ਹੈ, ਉਹਦੀ ਇਹਨੇ ਦਲੀਲ ਇਹ ਦਿੱਤੀ ਕਿ ਬਾਕੀ ਜਿੰਨੀਆਂ ਵੀ ਵੈਰਾਈਟੀਜ਼ ਨੇ ਝੋਨੇ ਦੀਆਂ, ਉਹਦੇ ਦਿਲ ਹੈ ਉਹਦੇ ਚੋਂ ਬਾਹਰ ਨਿਕਲ, ਪੰਜਾਬ ਦੀਆਂ ਮੰਡੀਆਂ ਵਿੱਚ ਜਾ, ਤੈਨੂੰ ਪਤਾ ਲੱਗੇ ਅੱਜ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ, ਆੜ੍ਹਤੀਆਂ ਦਾ ਹਾਲ ਕੀ। ਅੱਜ ਜਿਹੜੀ 2320 ਰੁਪਏ ਦੀ MSP ਸੀ ਉਹ 2150 ਰੁਪਈਏ ਤੇ ਵਿਕ ਰਹੀ, 170 ਰੁਪਏ ਦਾ ਸਿੱਧਾ ਕੱਟ ਲੈ ਲਿਆ ਕਿਸਾਨਾਂ ਨੂੰ, ਤੇ ਜਿਹੜਾ 17% ਮੋਇਸਚਰ ਸੀ ਉਸ ਨੂੰ ਇਸ ਟਾਈਮ ਹੁਣ ਜਿਹੋ ਜਿਹੀ ਮਰਜ਼ੀ ਮਸ਼ੀਨ ਲਾ ਕੇ ਕੋਈ 25 ਵਿਖਾਈ ਜਾਂਦਾ, ਕੋਈ 26 ਵਿਖਾਈ ਜਾਂਦਾ, 1 ਪੁਆਇੰਟ ਤੇ 50 ਰੁਪਈਏ ਉਹਨਾਂ ਕੋਲ ਕੱਟ ਰਹੇ ਨੇ, ਜਿਹੜਾ ਤਕਰੀਬਨ 250-300 ਤੋਂ ਵੱਧ ਉਧਰ ਵੀ ਕੱਟ ਲੱਗ ਰਿਹਾ। 150 ਰੁਪਏ ਇੱਕ ਪਾਸੇ ਕੱਟ ਲਾਤਾ, 250 ਦਾ ਦੂਜਾ ਕੱਟ ਲਾਤਾ, ਇਹਦੇ ਜੇ ਸ਼ੁਰੂਆਤ ਹੀ ਹੋਈ ਹੈ। ਮੈਨੂੰ ਪਤਾ 500-600 ਤੱਕ 20 ਕੁਇੰਟਲ ਤੱਕ ਦਾ ਕੱਟ ਗਿਆ। ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ, ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ, ਤਗੜੇ ਹੋ ਕੇ ਲੜਾਂਗੇ ਵੀ, ਬਟ ਇਸ ਸਰਕਾਰ ਤੋਂ ਕੋਈ ਆਸ ਉਮੀਦ ਨਾ ਰੱਖੋ। ਇਹਨਾਂ ਨੇ ਵਾਹਵਾ ਖੜੀਆਂ ਕਰ ਦਿੱਤੀ, ਇੱਕ ਬਿਲਕੁਲ ਨਿਕੰਮਾ ਨਲਾਇਕ ਮੁੱਖ ਮੰਤਰੀ ਸਾਬਤ ਹੋਇਆ, ਇਹਦੇ ਸਾਥੀ ਵੀ ਇਹਦੇ ਵਰਗੇ ਹੀ ਨੇ। ਮੈਂ ਅੱਜ ਪੁੱਛਣਾ ਚਾਹੁੰਦਾ ਕਿ ਕਿਸੇ ਨੇ ਵੀ ਗੁਰਦਾਸਪੁਰ ਦੀ ਕਿਸੇ ਮੰਡੀ ਚ ਕਿਸੇ ਇਹਨਾਂ ਦੇ ਮੰਤਰੀ ਨੂੰ ਵੇਖਿਆ? ਅੱਜ 12:04 ਤੇ 4 ਕਾਲਾਂ ਮੈਂ ਕਟਾਰੂ ਚੱਕ ਨੂੰ, ਜਿਹੜਾ ਫੂਡ ਮੰਤਰੀ ਹੈ, ਉਹਨੂੰ ਕਾਦੀਆਂ ਤੋਂ ਕੀਤੀ। 2:35 ਤੇ 2 ਕਾਲਾਂ ਭੈਣੀ ਮੀਆਂ ਖਾਂ ਤੋਂ ਕੀਤੀਆਂ। 5:15 ਇਹਨੂੰ ਫੇਰ 2 ਕਾਲਾਂ ਧਾਰੀਵਾਲ ਮੰਡੀ ਤੋਂ ਕੀਤੀਆਂ, ਉਹਦਾ ਟੈਲੀਫੋਨ ਬੰਦ ਆ ਰਿਹਾ। ਇਸ ਤੋਂ ਗੈਰ ਜ਼ਿੰਮੇਵਾਰ ਸਰਕਾਰ ਕਿਹੜੀ ਹੋ ਸਕਦੀ? ਤੋ ਇਹਨਾਂ ਤੋਂ ਆਸ ਉਮੀਦ ਛੱਡੀਏ, ਆਪਾਂ ਹੁਣ ਸਿੱਧਾ ਆਉਂਦੇ ਦਿਨਾਂ ਚ 1-2 ਦਿਨਾਂ ਚ ਪ੍ਰੋਗਰਾਮ ਬਣਾਈਏ ਕਿ ਸਰਕਾਰ ਦੇ ਗੱਲ ਚ ਕਿਸ ਤਰ੍ਹਾਂ ਪਰਨਾ ਪਾਣਾ ਤੇ ਪੈਸੇ ਕਿਸ ਤਰ੍ਹਾਂ ਲੈਣੇ।
ਭਾਈ ਸਾਹਿਬ ਲਗਾਤਾਰ ਕਿਸਾਨ ਮੰਡੀਆਂ ਚ ਰੁਲ ਰਹੇ ਆ, ਇਹ ਪੰਜਾਬ ਜਾ ਕਿੱਧਰ ਨੂੰ ਰਿਹਾ ਜੀ? ਪੰਜਾਬ ਖਾਨਾ ਜੰਗੀ ਵੱਲ ਜਾ ਰਿਹਾ। ਮੈਂ 9 ਤਰੀਕ ਨੂੰ 14 ਤਰੀਕ ਨੂੰ ਦਿੱਲੀ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਵੱਡੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣਨੀ ਹੈ ਤੇ ਸਿੱਧੇ ਤੌਰ ਸੈਂਟਰ ਤੇ ਭਗਵੰਤ ਮਾਨ ਤੇ ਕੇਜਰੀਵਾਲ ਦਾ ਜ਼ਿੰਮੇਵਾਰ ਹੋਏਗਾ। ਮੈਂ ਇੰਨੀ ਗੱਲ ਕਹਿਣਾ ਚਾਹੁੰਦਾ।